सतनाम गैरेज को कभी गड्डी इधर मारे कभी इधर मारे उन्हें उस टाइम अपने हस्बैंड फोन कर दिया कि ड्राइवर गड्डी सही नहीं चला रहा मुझे लग रहा उन्हें कुछ नशा पीता है हालात माड़े हो चुके जिनी देर न कुड़ी ने उन्होंने कहा ड्राइवर की गड्डी रोको कि गड्डी सही चला रहे कोई एक्सीडेंट ना हो जाए वो मिसबिहेव मैडम का करने लग गया गला कटन लग गया चलो फिर भी मैंने फिक्र थी मैं टीचर लेके आवा करके मैं अपन भाई उठ के अपना नहा धो के फ्रैश हो गए नहीं आप गल नहीं कहते नहीं नशा किया टीचर कहते भी टीचर कहते नशा किया मैं अपने मेरा भावे मेडिकल करा लो इदा का मैं कोई काम नहीं करता मैं ड्रिंक की 11 बजे तक ड्रिंक की मैं 11 बजे तक मतलब ड्रिंक मानते हो हाँ जी स्कूल जो मर्जी मेरा ज्यादा मर्जी मेरा कराओ ਇਦਾਂ ਦੀ ਗੱਲ ਨਹੀਂ ਕੋਈ ਨਹੀਂ ਭਾਜੀ ਮੈਂ ਕਹਿੰਦਾ ਕੋਈ ਨਹੀਂ ਬੋਲਦਾ ਮਤਲਬ ਪੀਤੀ ਆ ਰਾਤ ਨਹੀਂ ਪੀਤੀ ਆ ਬਿਲਕੁਲ ਜੀ 11 ਵਜੇ ਤੱਕ ਮੈਂ ਡਰਿੰਕ ਕਰਿਆ ਸੌਣ ਲੱਗੇ ਮੈਨੂੰ ਕਾਮ ਲੱਗੇ ਕੀ ਬਾਤ ਹੋ ਗਈ ਮੈਂ ਹੋਰ ਕੋਈ ਡਰਿੰਕ ਨਹੀਂ ਉਹ ਵਾਈਫ ਕਿੱਥੇ ਗਈ ਵਾਈਫ ਇਸ ਟਾਈਮ ਮੈਂ ਉਹਨੂੰ ਘਰ ਭੇਜ ਦਿੱਤਾ ਹੈਗਾ ਕਿ ਪ੍ਰਸ਼ਾਸਨ ਨੂੰ ਫਿਰ ਬੁਲਾਏ ਪ੍ਰਸ਼ਾਸਨ ਨੂੰ ਆਪਾਂ ਕੰਪਲੇਂਟ ਕਰ ਦਿੱਤੀ ਗਈ ਹੈ ਕਿ ਇਸ ਤਰ੍ਹਾਂ ਇਵਨ ਸਕੂਲ ਦੇ ਜਿਹੜੇ ਇਹਨਾਂ ਟ੍ਰਾਂਸਪੋਰਟ ਦੇ ਇੰਚਾਰਜ ਹੈਗੇ ਮਿਸਟਰ ਸਪਾਲ ਉਹ ਵੀ ਆਏ ਹੋਏ ਨੇ ਇਹਨਾਂ ਦੇ ਸਕੂਲ ਦੇ ਪ੍ਰਿੰਸੀਪਲ ਜਿਹੜੇ ਵਾਈਫ ਪ੍ਰਿੰਸੀਪਲ ਜਿਹੜੇ ਨੀਸ਼ਾ ਜੀ ਹੈਗੇ ਨੇ ਉਹਨਾਂ ਨੂੰ ਜਦੋਂ ਮੈਂ ਕਾਲ ਕਰਕੇ ਸਾਰੀ ਘਟਨਾ ਦੀ ਜ਼ਿੰਮੇਵਾਰੀ ਦਿੱਤੀ ਹੈ ਉਹ ਮੈਨੂੰ ਅੱਗੋਂ ਕਹਿ ਰਹੇ ਨੇ ਕਿ ਤੁਸੀਂ ਸਕੂਲ ਆ ਕੇ ਗੱਲ ਕਰੋ ਠੀਕ ਹੈ ਜੇਕਰ ਡਰਾਈਵਰ ਨੇ ਦਾਰੂ ਪੀਤੀ ਡਰਾਈਵਰ ਨੂੰ ਅਸੀਂ ਦਾਰੂ ਨਹੀਂ ਪਿਆਈ ਇਟ ਮੀਨਸ ਕਿ ਤੁਸੀਂ ਮਤਲਬ ਇੱਕ ਸਕੂਲ ਦੇ ਪ੍ਰਸ਼ਾਸਨ ਵਾਲੇ ਇਹ ਵੀ ਚਾਹੁੰਦੇ ਨੇ ਕਿ ਹਾਂ ਬੋਤਲਾਂ ਡਰਾਈਵਰਾਂ ਨੂੰ ਆਪ ਦੇਣ ਕਿ ਹਾਂ ਪੀ ਕੇ ਫਿਰ ਜਾਇਆ ਕਰੋ ਤੁਸੀਂ ਆਪਣੀ ਗਲਤੀ ਮੰਨਣ ਦੀ ਬਜਾਏ ਤੁਸੀਂ ਇਹ ਸਾਰੀਆਂ ਚੀਜ਼ਾਂ ਕਰਨ ਦੀ ਬਜਾਏ ਤੁਸੀਂ ਮਤਲਬ ਚੀਜ਼ ਨੂੰ ਵਧਾਵਾ ਦੇ ਰਹੇ ਹੋ ਠੀਕ ਹੈ ਅੱਜ ਤਾਂ ਸਿਰਫ ਵਾਈਫ ਮੇਰੀ ਇਕੱਲੀ ਸੀਗੀ ਸਕੂਲ ਦੇ ਵਿੱਚ ਕਿਉਂ ਕਿਉਂਕਿ ਸਕੂਲ ਦੇ ਵਿੱਚ ਸਮਰ ਹੌਲੀਡੇਜ਼ ਕਰਕੇ ਬੱਚਿਆਂ ਨੂੰ ਛੁੱਟੀ ਹੈਗੀ ਹੈ ਅਦਰਵਾਈਜ਼ ਇਸ ਵੈਨ ਦੇ ਵਿੱਚ 4 ਤੋਂ 5 ਟੀਚਰਸ ਹੁੰਦੀਆਂ ਨੇ ਨਾਲ ਬੱਚੇ ਜਾਂਦੇ ਨੇ ਠੀਕ ਹੈ ਸੋ ਇਸ ਕਰਕੇ ਮੇਰੇ ਸਕੂਲ ਵੱਲੋਂ ਆਏ ਹੋ ਕਿੱਥੇ ਦੇ ਸਕੂਲ ਵੱਲੋਂ ਆਏ ਹੈਗੇ ਨੇ ਉਹ ਜਸਪਾਲ ਜੀ ਨੇ ਉਹ ਜਿਹੜੇ ਟਰਾਂਸਪੋਰਟ ਇੰਚਾਰਜ ਨੇ ਉਹ ਸਕੂਲ ਦੇ ਵਿੱਚ ਟੀਚਰ ਹੈ ਚਲੋ ਬੱਚਿਆਂ ਦੀ ਛੁੱਟੀਆਂ ਹੈਗੀਆਂ ਪਰ ਟੀਚਰ ਤੇ 2 ਘੰਟੇ ਲਈ ਮੇਰੇ ਸਕੂਲ ਜਾਂਦੇ ਪਏ ਨੇ ਉਹ ਲੈਣ ਆਇਆ ਜਦੋਂ ਟੀਚਰ ਬੈਠ ਕੇ ਕੁੜੀ ਇੱਕ ਗੱਡੀ ਉਹ ਸਤਨਾਮ ਕਰ ਰਹੀ ਕੋਲ ਕਦੀ ਗੱਡੀ ਉਹ ਇੱਧਰ ਮਾਰਿਆ ਕਦੀ ਇੱਧਰ ਮਾਰਿਆ ਉਹਨੇ ਉਸੇ ਟਾਈਮ ਆਪਣੇ ਹਸਬੈਂਡ ਨੂੰ ਫੋਨ ਕਰ ਦਿੱਤਾ ਕਿ ਡਰਾਈਵਰ ਗੱਡੀ ਸਹੀ ਨਹੀਂ ਚਲਾ ਰਿਹਾ ਮੈਨੂੰ ਲੱਗ ਰਿਹਾ ਉਹਨੂੰ ਕੁਛ ਨਸ਼ਾ ਕੀਤਾ ਹੋਇਆ ਜਿੰਨੀ ਦੇਰ ਨੂੰ ਉਹ ਕੁੜੀ ਨੇ ਉਹਨੂੰ ਕਿਹਾ ਡਰਾਈਵਰ ਕਿ ਗੱਡੀ ਰੋਕੋ ਦੀ ਗੱਡੀ ਸਹੀ ਚਲਾ ਰਹੇ ਕੋਈ ਐਕਸੀਡੈਂਟ ਨਾ ਹੋ ਜਾਏ ਉਹ ਮਿਸਬਿਹੇਵ ਮੈਡਮ ਦਾ ਕਰਨ ਲੱਗੇ ਉਹਨੂੰ ਗਾਲਾਂ ਨੂੰ ਕੱਢਣ ਲੱਗ ਗਿਆ ਕਿ ਮੈਂ ਡਰਾਈਵਰ ਹਾਂ ਤੂੰ ਡਰਾਈਵਰ ਹਾਂ ਕਿ ਚੁੱਪ ਕਰਕੇ ਗੱਡੀ ਲਾਈ ਜਾਈਏ ਉਹ ਬਦਤਮੀਜ਼ ਨੇ ਕਿਤੇ ਇੰਨੀ ਦੇਰ ਨੂੰ ਉਹਦੇ ਹਸਬੈਂਡ ਨੇ ਤੂੰ ਗੋਬਿੰਦ ਨਗਰ ਵਿੱਚ ਲਿਆ ਕੇ ਗੱਡੀ ਇੱਥੇ ਰੋਕ ਦਿੱਤੀ 120 ਤੇ ਹੁਣ ਤੁਸੀਂ ਉਹਦੀ ਕੰਡੀਸ਼ਨ ਦੇਖ ਸਕਦੇ ਡਰਾਈਵਰ ਦੀ ਉਸ ਸਕੂਲ ਦੇ ਪ੍ਰਿੰਸੀਪਲ ਨੂੰ ਫੋਨ ਕੀਤਾ ਗਿਆ ਉਹ ਕਹਿੰਦਾ ਕਿ ਦਾਰੂ ਮੈਂ ਬਲਾ ਕੇ ਭੇਜਿਆ ਨੇ ਦੱਸੋ ਜੀ ਡਰਾਈਵਰ ਤੁਹਾਡੇ ਸਕੂਲ ਦਾ ਬੱਸ ਤੁਹਾਡੇ ਸਕੂਲ ਦੀ ਜੇ ਇਦਾਂ ਦੇ ਆਪਾਂ ਡਰਾਈਵਰ ਰੱਖਣੇ ਸ਼ੁਕਰ ਹੈ ਛੁੱਟੀਆਂ ਜੇ ਬੱਚੇ ਵਿੱਚ ਹੋਣ ਕੋਈ ਹਾਦਸਾ ਹੋ ਜਾਵੇ ਉਹਦਾ ਕੌਣ ਜ਼ਿੰਮੇਵਾਰ ਇਹ ਸਕੂਲ ਦੇ ਉੱਤੇ ਮੈਂ ਮੰਗ ਕਰਦਾ ਕਿ ਕਾਰਵਾਈ ਹੋਣੀ ਚਾਹੀਦੀ ਹੈ ਸਕੂਲ ਹੀ ਬੰਦ ਹੋਣਾ ਚਾਹੀਦਾ ਜੋ ਹਾਲਾਤ ਡਰਿੰਕ ਕੀਤੀ ਪਈ ਆ ਡਾਇਮੰਡ ਨੇ ਕੋਈ ਪਤਾ ਨਹੀਂ ਸੋਈ ਨੂੰ ਸਵੇਰੇ ਆਇਆ ਸਕੂਲ ਲੈਣ ਨਹੀਂ ਨਹੀਂ ਸਰ ਡਰਿੰਕ ਇਹਦੀ ਰਾਤ ਦੀ ਕਿਉਂਕਿ ਸਵੇਰੇ ਕੋਈ ਡਰਿੰਕ ਨਹੀਂ ਕੁਛ ਨਹੀਂ ਸੌਂਫੇ ਸੀਗੇ ਕਾਲਾ ਸਿੰਘਾਂ ਤੋਂ ਬੱਸ ਚੱਲ ਕੇ ਇੱਥੇ 120 ਰੋਡ ਆ ਗਈ ਹੈ ਕਿਸੇ ਨੂੰ ਟੱਚ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਥੋੜ੍ਹੇ ਜਿਹਾ ਉਹਨੂੰ ਸਾਈਡ ਲੱਗੇ ਤਾਂ ਉਹਨੇ ਪ੍ਰਾਪਰ ਗੱਡੀ ਸਾਈਡ ਕਰ ਲਈ ਕਿੰਨੇ ਦੇਰ 'ਚ ਟੀਚਰ ਦੇ ਘਰ ਵਾਲੇ ਨੂੰ ਫੋਨ ਕੀਤਾ ਨਹੀਂ ਉਹਨਾਂ ਦਾ ਇਹ ਕਹਿਣਾ ਦਾ ਮੇਰੀ ਵਾਈਫ ਦਾ ਫੋਨ ਆਇਆ ਮੈਨੂੰ ਗਲਤ ਮੈਨੂੰ ਬੋਲਿਆ ਗਿਆ ਨਸ਼ੇ ਦੀ ਹਾਲਤ ਵਿੱਚ ਸੀ ਕੋਈ ਜਿਹੜਾ ਡਰਾਈਵਰ ਹੈ ਇੱਕ ਬੱਸ ਗੱਡੀ ਚੱਲਦੀ ਨਹੀਂ ਪਈ ਉਹ ਝੂਠ ਬੋਲਦੇ ਵੀ ਨਾ ਮਤਲਬ ਸਹੀ ਬੋਲਦੇ ਵੀ ਸਾਡੇ ਜਿਹੜੀ ਬੈਨ ਦਾ ਡਰਾਈਵਰ ਸੀ ਸਰ ਸਾਡੀ ਜਿਹੜੀ ਬੈਨ ਦਾ ਡਰਾਈਵਰ ਸੀ ਉਹਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਮੈਂ ਰਾਤੀ 11 ਵਜੇ ਤੱਕ ਪੀਂਦਾ ਰਿਹਾ ਪਰ ਫਿਲਹਾਲ ਜਿਸ ਤਰ੍ਹਾਂ ਜਿਹਨਾਂ ਵੱਲੋਂ ਰੋਕ ਲਾਉਣ ਦਾ ਕੰਡੀਸ਼ਨ ਆ ਨਸ਼ੇ ਜੀ ਲੱਗ ਰਹੇ ਨੇ ਸਰ ਸਵੇਰੇ ਦੇਖੋ ਫਿੱਟ ਸੀਗਾ ਕੁਛ ਇਦਾਂ ਦੀ ਕੋਈ ਗੱਲ ਨਹੀਂ ਸੀ ਅਸੀਂ ਪੂਰਾ ਚੈੱਕ ਕਰਕੇ ਉਹਨੂੰ ਭੇਜਿਆ ਤਾਂ ਦੁਬਾਇਆ ਕੀ ਆ ਕਿ ਕਾਲਾ ਸਿੰਘ ਤੋਂ ਲੇਕਰ 120 ਰੋਡ ਤੇ ਗੱਡੀ ਆਈ ਹੈ ਤੇ ਜਦੋਂ ਟੱਜ ਨਹੀਂ ਨਾਲ ਉਹਦਾ ਬੰਦਾ ਹੈਲਪਰ ਆ ਜੇ ਬੰਦਾ ਇਦਾਂ ਆਉਂਦਾ ਤਾਂ ਨਾਲ ਦੇ ਬੰਦੇ ਨੇ ਬੈਠਣਾ ਸੀ ਨਾ ਅਸੀਂ ਗੱਡੀ ਦੇਣੀ ਸੀ ਬਾਅਦ ਵਿੱਚ ਥੋੜੀ ਝੱਕੀ ਜੀ ਲੱਗੀ ਤਾਂ ਉਹਨੇ ਗੱਡੀ ਸਾਈਡ ਕਰ ਲਿਆ ਤੁਹਾਡੇ ਸਾਹਮਣੇ ਤੁਸੀਂ ਪਿੱਛੇ ਮੋੜੋ ਫਿਰ ਉਹਨਾਂ ਚਾਬੀ ਕੱਢ ਲੈਂਦੇ ਲੋਕ ਜ਼ਬਰਦਸਤੀ ਚਾਬੀ ਕੱਢਦੇ ਰੋਕ ਲਈ ਸਾਡੀ ਪਹਿਲੇ ਸਾਡੀ ਸੁਣੋ ਤੁਸੀਂ ਕੀ ਕਹਿ ਰਹੇ ਹੋ ਕਿ ਸਕੂਲੇ ਐਸ ਕੋ ਉਦੋਂ ਦੀ ਕੰਡੀਸ਼ਨ ਸਹੀ ਸੀਗੀ ਬਿਲਕੁਲ ਸਹੀ ਸੀ ਤਾਂ ਭੇਜਿਆ ਤੇ ਉਦੋਂ ਕਦ ਬੈਨ ਦਿੱਤੀ ਲੱਗਦਾ ਕਿ ਬਾਅਦ ਚ ਦੁਬਾਰਾ ਬਾਹਰ ਆਣ ਕੇ ਕਿਚੋ ਕਰ ਲਈ ਹੋਵੇ ਨਹੀਂ ਨਹੀਂ ਇਦਾਂ ਵੀ ਨਹੀਂ ਹੋ ਸਕਦਾ ਮੈਂ ਐਵੇਂ ਹੀ ਕਹਿ ਸਕਦਾ ਮੈਂ ਉਹਦਾ ਡਰਾਈਵਰ ਨੂੰ ਚੈੱਕ ਕਰਾਉਣਾ ਦੋ ਦੋ ਟੈਸਟ ਉਹਦੇ ਪਰ ਸਾਰੇ ਟੈਸਟ ਕਰੋ ਉਹਦੇ ਬਾਅਦ ਇਹਨਾਂ ਦਾ ਹਾਂ ਸਾਰਾ ਕੁਝ ਪੂਰੀ ਕਾਰਵਾਈ ਹੋਊਗੀ ਜੇ ਇਹਦੀ ਗਲਤੀ ਹੈਗਾ ਪੂਰੀ ਕਾਰਵਾਈ ਕਰੂੰਗਾ ਇਹਨੂੰ ਸਕੂਲ ਚ ਬਰਖਾਸਤ ਕਰੋ ਤਦ ਤੱਕ ਨਹੀਂ ਬਰਖਾਸਤ ਕਰੂੰਗਾ ਜਦ ਤੱਕ ਤੇ ਮੈਂ ਪੂਰੀ ਰਿਪੋਰਟ ਨਹੀਂ ਲੈ ਲਈ ਤਦ ਤੱਕ ਉਹਨੂੰ ਬਰਖਾਸਤ ਨਹੀਂ ਕਰਾਂ ਪੂਰੀ ਰਿਪੋਰਟ ਲੈ ਕੇ ਮੈਂ ਬਰਖਾਸਤ ਕਰ ਦੂੰਗਾ ਠੀਕ ਹੈ ਜੀ ਗਰੀਬ ਕਰਦਾ ਆ ਅੱਜ ਦਾ ਨਹੀਂ ਬਹੁਤ ਪੁਰਾਣਾ ਡਰਾਈਵਰ ਹੈ ਬਹੁਤ ਪੁਰਾਣਾ ਡਰਾਈਵਰ ਹੈ ਅੱਜ ਦਾ ਨਹੀਂ ਅੱਜ ਤੱਕ ਨਹੀਂ ਬਰਖਾਸਤ ਨਹੀਂ ਕਰਦੇ ਕੋਈ ਅੱਜ ਤੱਕ ਇਹਦਾ ਕੋਈ ਇਸ਼ੂ ਨਹੀਂ ਹੈ ਹੁਣ ਤੁਹਾਨੂੰ ਉਹਦੀ ਕੰਡੀਸ਼ਨ ਦੇਖ ਕੇ ਕੀ ਲੱਗਦਾ ਹੈ ਮੈਂ ਉਹਨੇ ਇਹ ਲੱਗਦਾ ਕਿ ਉਹਦਾ ਟੈਸਟ ਕਰਾਉਣਾ ਤਾਂ ਉਸ ਤੋਂ ਬਾਅਦ ਉਹਨੂੰ ਫਾਈਟ ਕਰ ਮੈਂ ਕੋਈ ਰਿਸਕ ਨਹੀਂ ਲੈਣਾ ਮਤਲਬ ਨਸ਼ਾ
ਲਿਖਿਤਾ ਹੋਇਆ ਨਸ਼ਾ ਨਾ ਮੈਂ ਡਾਕਟਰ ਨਹੀਂ ਹੈਗਾ ਸਰ ਮੈਂ ਉਹਨੂੰ ਨਹੀਂ ਕਹਿ ਸਕਦਾ ਮੈਂ ਉਹਨੂੰ ਡਾਕਟਰ ਨਹੀਂ ਬੁਲਾ ਲਉਂਦਾ ਉਹਨੂੰ ਪਤਾ ਲੱਗਦਾ ਡਰਿੰਕ ਕੀਤੀ ਨਹੀਂ ਮੈਂ ਤਾਂ ਉਹਦੇ ਜੋ ਹਾਲਤ ਹੈ ਤੁਸੀਂ ਸਾਰਿਆਂ ਨੇ ਦੇਖ ਲਿਆ ਕਿੱਦਾਂ ਖਾ ਲਿਆ ਤੁਸੀਂ ਉਹਨੂੰ ਉਹਦੇ ਕੋਲ ਹਾਲਤ ਸਾਇਆ ਜਾ ਰਿਹਾ ਤੇ ਕੋਲ ਬੁਲਾਇਆ ਜਾ ਰਿਹਾ ਉਹਦੇ ਕੋਲ ਬੁਲਾਇਆ ਜਾ ਰਿਹਾ ਕਿੱਦਾਂ ਗਿਆ ਦਿੱਤਾ ਗਿਆ ਕਦੋਂ ਪੀਤੀ ਕਿੱਥੇ ਪੀਤੀ ਕਿੰਨੀ ਪੀਤੀ ਸਾਰਾ ਉਹਦੇ ਕੋਲ ਬੁਲਾਇਆ ਜਾ ਰਿਹਾ ਕਿਹੜੀ ਜਗ੍ਹਾ ਸਕੂਲ ਦਾ ਇਹ ਤਾਂ ਪਤਾ ਨਹੀਂ ਇੱਥੇ ਹੁਣੇ ਆਏ ਆ ਅਗਲੀ ਆ ਨਾ ਫੜ ਕੁਰਸਾ ਲੈ ਆ ਤੂੰ ਕਿਹੜੇ ਥਾਣੇ ਪਾਸ ਲੈ ਕੇ ਜਾ ਰਹੇ ਪੰਜ ਨੰਬਰ ਸਰ ਅੱਜ ਕੋਈ ਨਿੱਜੀ ਸਕੂਲ ਵਾਲੇ ਇੱਕ ਸਕੂਲ ਦੇ ਬੱਚਿਆਂ ਨੂੰ ਲੈ ਕੇ ਬੱਸ ਵਿੱਚ ਜਾ ਰਿਹਾ ਜੋ ਡਰਾਈਵਰ ਨੇ ਡਰਿੰਕ ਕੀਤੀ ਹੋਈ ਸੀ ਤੁਹਾਡੇ ਟ੍ਰੈਫਿਕ ਪੁਲਿਸ ਵੱਲੋਂ ਜੋ ਬੱਸ ਨੂੰ ਰੋਕਿਆ ਜਾਂਦਾ ਅਤੇ ਰੋਕ ਕੇ ਕਿਹੜਾ ਪੁਲਿਸ ਦੇ ਹਵਾਲੇ ਕੀਤਾ ਜੀ ਬਿਲਕੁਲ ਆਪਣਾ ਸਕੂਲ ਹੈ ਸਮਰਸੀਟ ਇੰਟਰਨੈਸ਼ਨਲ ਸਕੂਲ ਜਿਹੜਾ ਹੈਗਾ ਉਹਦੇ ਬੱਸ ਡਰਾਈਵਰ ਸੀ ਜਿਹੜਾ ਉਹਨੂੰ ਅਸੀਂ ਟ੍ਰੈਫਿਕ ਵਾਲਿਆਂ ਨੇ ਰਾਊਂਡ ਅਪ ਕੀਤਾ ਰਾਊਂਡ ਅਪ ਕਰਕੇ ਪੰਜ ਨੰਬਰ ਥਾਣਾ ਜਿਹੜਾ ਉਹਦੇ ਹਵਾਲੇ ਕੀਤਾ ਉਹਨਾਂ ਮੈਡੀਕਲ ਵਗੈਰਾ ਕਰਵਾ ਕੇ ਜੋ ਵੀ ਕਾਨੂੰਨੀ ਕਾਰਵਾਈ ਹੈ ਉਹ ਤੇ ਕੀਤੀ ਜਾਏਗੀ ਸਰ ਕੀ ਹੁਣ ਤੱਕ ਕਿਆ ਮੈਡੀਕਲ ਹੋਇਆ ਉਸਦੇ ਵਿੱਚ ਨਹੀਂ ਅਜੇ ਹੋਸਪਿਟਲ ਲੈ ਕੇ ਗਏ ਹੋਏ ਨੇ ਜੋ ਮੈਡੀਕਲ ਦਾ ਉੱਥੇ ਵੇਟ ਕਰ ਰਹੇ ਨੇ ਅਤੇ ਜਦੋਂ ਵੀ ਉਹਦਾ ਮੈਡੀਕਲ ਹੁੰਦਾ ਜੋ ਵੀ ਉਸ ਤੋਂ ਬਾਅਦ ਕੋਈ ਨੈਕਸਟ ਕਾਰਵਾਈ ਕੀਤੀ ਜਾਏਗੀ ਅਤੇ ਸਰ ਦੇਖਿਆ ਜਾਂਦਾ ਇੱਦਾਂ ਹੀ ਕਈ ਸਕੂਲਾਂ ਦੇ ਬੱਚੇ ਐਕਸੀਡੈਂਟ ਹੋਣ ਤੋਂ ਹਾਦਸੇ ਤੋਂ ਬਚਦੇ ਹੈਗੇ ਕਿਹੜੇ ਬੱਚਿਆਂ ਛੋਟੇ ਛੋਟੇ ਬੱਚੇ ਸਕੂਲ ਦੀ ਬੱਸਾਂ ਦੇ ਵਿੱਚ ਸੀ ਅਤੇ ਇਹ ਜੋ ਨਸ਼ਾ ਕਰਕੇ ਚੱਲ ਰਿਹਾ ਕਿਆ ਇਸ ਦੇ ਬਾਰੇ ਹੋਰ ਵੀ ਸਕੂਲਾਂ ਵਾਲਿਆਂ ਨੂੰ ਤੁਸੀਂ ਮੈਸੇਜ ਦੱਸਦੇ ਬਿਲਕੁਲ ਮੇਰੇ ਵੱਲੋਂ ਇਹੋ ਹੀ ਮੈਸੇਜ ਆ ਜਿਹੜੇ ਸਕੂਲ ਦੇ ਜਿਹੜੇ ਅਥਾਰਟੀਜ਼ ਨੇ ਪ੍ਰਿੰਸੀਪਲ ਨੇ ਵੀ ਆਪਣੇ ਜਿਹੜੇ ਵੈਸੇ ਸਾਡੇ ਵੱਲੋਂ ਵੀ ਜਿਹੜਾ ਇੱਕ ਟ੍ਰੈਫਿਕ ਵਿੰਗ ਆ ਐਜੂਕੇਸ਼ਨ ਵਿੰਗ ਆ ਉਹ ਬਕਾਇਦਾ ਜਾ ਕੇ ਅਵੇਅਰ ਕਰਦਾ ਸਕੂਲਾਂ ਨੂੰ ਵੀ ਸੈਮੀਨਾਰ ਲਾਏ ਜਾਂਦੇ ਨੇ ਕਿ ਜਿਹੜੇ ਡਰਾਈਵਰ ਨੇ ਬਿਲਕੁਲ ਦਾਰੂ ਪੀ ਕੇ ਜਾਂ ਕਿਸੇ ਵੀ ਤਰ੍ਹਾਂ ਦਾ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਜਾਂ ਸੇਵਨ ਨਾ ਕਰਨ ਬਕਾਇਦਾ ਇਹਨਾਂ ਦੀ ਯੂਨੀਫਾਰਮ ਹੁੰਦੀ ਹੈ ਠੀਕ ਹੈ ਇਹਨਾਂ ਦੇ ਰੂਲ ਨੇ ਬੱਸਾਂ ਦੇ ਪਿੱਛੇ ਨੰਬਰ ਲਿਖੇ ਨੇ ਜੇ ਕਿਸੇ ਨੂੰ ਲੋਕਾਂ ਨੂੰ ਵੀ ਕੋਈ ਇੱਦਾਂ ਦਾ ਲੱਗਦਾ ਹੈ ਡਰਾਈਵਰ ਵੀ ਕਿਸੇ ਨੇ ਨਸ਼ਾ ਕੀਤਾ ਹੋਇਆ ਉਹ ਬਕਾਇਦਾ ਉਸ ਨੰਬਰ 'ਤੇ ਵੀ ਕਾਲ ਕਰਨਗੇ ਸਾਡੇ ਕੰਟਰੋਲ ਰੂਮ 'ਤੇ ਆ ਕੇ ਸਾਨੂੰ ਦੱਸਣ ਅਤੇ ਬਕਾਇਦਾ ਅਸੀਂ ਪ੍ਰੋਪਰ ਕਾਰਵਾਈ ਵੀ ਕਰਾਂਗੇ ਅਤੇ ਹੁਣ ਮੇਰੇ ਵੱਲੋਂ ਜਿਹੜੀ ਲੋਕਾਂ ਨੂੰ ਸਕੂਲ ਦੇ ਜਿਹੜੇ ਪ੍ਰਿੰਸੀਪਲ ਦੇ ਅਥਾਰਟੀ ਉਹਨੂੰ ਇਹ ਅਪੀਲ ਹੈ ਵੀ ਬੜਾਈ ਮਿਹਰਬਾਨੀ ਬੱਚੇ ਜਿਹੜੇ ਨੇ ਮਤਲਬ ਬੜਾ ਜੀਵਨ ਜਿਹੜਾ ਉਹਦੀ ਲਾਈਫ ਬੜੀ ਕੀਮਤੀ ਆ ਦੇਸ਼ ਦਾ ਫਿਊਚਰ ਆ ਉਹਨਾਂ ਦਾ ਮਤਲਬ ਜਾਨ ਮਾਲ ਦੀ ਰੱਖਿਆ ਕਰਨਾ ਸਾਡਾ ਫਰਜ਼ ਆ ਵੀ ਇਹੋ ਜਿਹੜੇ ਅਨਸਰ ਨੇ ਉਹਨਾਂ ਨੂੰ ਬਿਲਕੁਲ ਵੀ ਡਰਾਈਵਰ ਨਾ ਲਾਇਆ ਜਾਵੇ ਅਤੇ ਉਹਨਾਂ ਦਾ ਬਕਾਇਦਾ ਮੈਡੀਕਲ ਚੈੱਕਅਪ ਗਾਏ ਬਰਾਏ ਮਹੀਨੇ ਭਰ ਮਹੀਨਾ ਜੋ ਵੀ ਹੁੰਦਾ ਉਹ ਚੈੱਕਅਪ ਕੀਤਾ ਜਾਵੇ ਕੋਈ ਨਸ਼ਾ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਤਾਂ ਨਹੀਂ ਕਰਦੇ ਕਿੱਦਾਂ ਸਰ ਬੱਸ ਅਤੇ ਸਕੂਲ ਦਾ ਦੇ ਵਿੱਚ ਖੜੀ ਹੁੰਦੀ ਹੈ ਕਿ ਉਹ ਡਰਿੰਕ ਕਰਕੇ ਸਕੂਲ 'ਚੋਂ ਨਿਕਲਿਆ ਕਿਆ ਉਦੋਂ ਪ੍ਰਿੰਸੀਪਲ ਜਾਂ ਸਕੂਲ ਦੇ ਮੈਨੇਜਮੈਂਟ ਵੱਲੋਂ ਕਿਉਂ ਨਹੀਂ ਧਿਆਨ ਦਿੱਤਾ ਜਾਂਦਾ ਬਾਈ ਚਾਂਸ ਹਾਦਸਾ ਨਾ ਉੱਥੇ ਟ੍ਰੈਫਿਕ ਪੁਲਿਸ ਹੁੰਦੀ ਤਾਂ ਸ਼ਾਇਦ ਹਾਦਸਾ ਹੋ ਸਕਦਾ ਸੀ ਕਿਹੜਾ ਟ੍ਰੈਫਿਕ ਪੁਲਿਸ ਉੱਥੇ ਸੀ ਹਾਦਸਾ ਹੋਣ ਤੋਂ ਕਿਹੜਾ ਬਚ ਗਿਆ ਹੈਗਾ ਬਈ ਜੋ ਹੈ ਵਿੱਚ ਛੋਟੇ ਛੋਟੇ ਨੰਨੇ ਨੰਨੇ ਬੱਚੇ ਕਿਹੜੇ ਬੈਠੇ ਹੋਏ ਜੀ ਬਿਲਕੁਲ ਮੈਂ ਇਹੋ ਹੀ ਅਪੀਲ ਕਰਦਾ ਹਾਂ ਜਿੰਨੇ ਵੀ ਪ੍ਰਿੰਸੀਪਲ ਨੇ ਇਹਨਾਂ ਦੀ ਬਕਾਇਦਾ ਇਹਨਾਂ ਦਾ ਮੈਡੀਕਲ ਕਰੋ ਕੋਈ ਬੰਦਾ ਇਹਨਾਂ ਦੇ ਉੱਤੇ ਕੋਈ ਮੋਨੀਟਰ ਵਾਸਤੇ ਮੋਨੀਟਰਿੰਗ ਵਾਸਤੇ ਇਹਨਾਂ ਦੇ ਉੱਤੇ ਲਾਵੇ ਜਦੋਂ ਕੋਈ ਬੰਦੇ ਨੇ ਕਿਸੇ ਨਸ਼ਾ ਕੀਤਾ ਵੈਸੇ ਤਾਂ ਨਸ਼ੇ ਵਾਲੇ ਬੰਦੇ ਜਿਹੜੇ ਨੇ ਡਰਾਈਵਰ 'ਤੇ ਬਕਾਇਦਾ ਉਹਨਾਂ ਦਾ ਚੈੱਕਅਪ ਹੋਣਾ ਚਾਹੀਦਾ ਮੈਡੀਕਲ ਉਹਨਾਂ ਦਾ ਮਹੀਨਾ ਪਰ ਮਹੀਨਾ ਜੋ ਵੀ ਹੁੰਦਾ ਹੈ ਉਹਦਾ ਮੈਡੀਕਲ ਕਰਨ ਜੇ ਕਿਸੇ ਨੇ ਕੋਈ ਨਸ਼ਾ ਕੀਤਾ ਹੈ ਉਹਨੂੰ ਬਿਲਕੁਲ ਵੀ ਮਤਲਬ ਗੱਡੀ ਨਾ ਫੜਾਈ ਜਾਵੇ ਕਿਆ ਤੁਹਾਡੇ ਵੱਲੋਂ ਕੋਈ ਸਕੂਲਾਂ ਦੇ ਵਿੱਚ ਪ੍ਰਿੰਸੀਪਲਾਂ ਨੂੰ ਕੋਈ ਇਸ ਦੇ ਬਾਰੇ ਕੋਈ ਐਕਸ਼ਨ ਕੀਤਾ ਜਾਏਗਾ ਇਹਨਾਂ ਦੇ ਉੱਤੇ ਬਿਲਕੁਲ ਉਹਨੂੰ ਵੀ ਬੁਲਾਇਆ ਜਾਏਗਾ ਜਿਹੜਾ ਪ੍ਰਿੰਸੀਪਲ ਜਿਹੜਾ ਹੈਗਾ ਕੀ ਤੁਸੀਂ ਪਰੇਸ਼ਾਨ ਹੋ ਅੱਜ ਹੀ ਸੰਪਰਕ ਕਰੋ ਗੁਰੂ ਸਿਕੰਦਰ 98-151-56-152 ਮੋੜੀ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਪਰੇਸ਼ਾਨੀ ਜਿਵੇਂ ਪਤੀ ਪਤਨੀ 'ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਪਿਆਰ 'ਚ ਧੋਖਾ ਹੋਇਆ ਪਿਆਰ ਵਾਪਸ ਪਾਉਣਾ ਕਰਜ਼ਾ ਮੁਕਤੀ ਤਲਾਕ ਕੇਸ ਵਿਦੇਸ਼ ਯਾਤਰਾ ਜਾਂ ਪਿਆਰ 'ਚ ਰੁਕਾਵਟ ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਸਿਕੰਦਰ 98-151-56-152